ਹੇ ਇਸ ਗੁੱਡ ਮਾਰਨਿੰਗ ਮੈਂ ਹੋਪ ਕਰਦੀ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਹੋਗੇ ਬੱਚੇ ਨੂੰ ਡ੍ਰੌਪ ਕਰਨ ਦੇ ਬਾਅਦ ਫਿਰ ਮੈਂ ਬਾਹਰ ਬਾਟਰ ਲਗਾਇਆ ਤੇ ਹੁਣ ਮੈਂ ਆ ਗਈ ਅੰਦਰ ਹੁਣ ਮੈਂ ਕਰ ਨੂੰ ਰੀਸੈਟ ਕਰੂਗੀ ਐਂਡ ਤੁਹਾਡੇ ਥੋੜੇ ਜਿਹਾ ਕੁਐਸਚਨ ਸੀ ਜੋ ਵੀ ਮੈਂ ਇਸ ਵੀਡੀਓ ਦੇ ਵਿੱਚ ਕਵਰ ਕਰੂਗੀ ਕਿਉਂਕਿ ਤੁਸੀਂ ਕਮੈਂਟ ਕੀਤੇ ਸੀ ਕਮੈਂਟ ਦੇ ਆਨਸਰ ਦੇ ਨਾਲੋਂ ਮੈਨੂੰ ਹੁੰਦਾ ਬੈਟਰ ਕਿ ਮੈਂ ਵੀਡੀਓ ਦੇ ਵਿੱਚ ਤੁਹਾਡਾ ਆਨਸਰ ਦੇ ਦਾਂ ਰਾਈਟ ਸੋ ਸਭ ਤੋਂ ਪਹਿਲਾਂ ਕਰ ਲੈਣੇ ਆ ਆਪਣਾ ਹੋਮ ਰੀਸੈਟ ਹੁਣ ਅਪਕਮਿੰਗ ਡੇਸ ਦੇ ਵਿੱਚ ਮੈਂ ਤੁਹਾਡੇ ਨਾਲ ਬਹੁਤ ਸਾਰੀਆਂ ਆਰਗੇਨਾਈਜੇਸ਼ਨ ਦੀਆਂ ਮੋਟੀਵੇਸ਼ਨਲ ਵੀਡੀਓ ਸ਼ੇਅਰ ਕਰੂੰਗੀ ਐਂਡ ਹੁਣ ਮੈਂ ਆਪਣੇ ਘਰ ਨੂੰ ਵੀ ਡੈਕੋਰੇਟ ਕਰਨਾ ਹੈ ਫਾਰ ਅਪਕਮਿੰਗ ਸਮਰ ਸਮਰ ਆਣ ਵਾਲੀ ਹੈ ਰਾਈਟ ਸੋ ਮੇਰੀ ਇਹ ਸਾਰੀ ਵਿంటర్ ਦੀ ਡੈਕੋਰੇਸ਼ਨ ਆ ਇਹਨੂੰ ਚੇਂਜ ਕਰੂੰਗੀ ਸੋ ਸਟੇ ਟਿਨ ਰਿਓ ਜੇ ਤੁਸੀਂ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰ ਲਿਓ ਮੈਂ ਏਵਰੀ ਡੇ ਬਲੌਗਸ ਤੁਹਾਡੇ ਨਾਲ ਸ਼ੇਅਰ ਕਰਦੀ ਆ ਆਰਗੇਨਾਈਜੇਸ਼ਨ ਦੀਆਂ ਵੀਡੀਓ ਡੀਆਈਵਾਈ ਵੀਡੀਓਜ਼ ਐਂਡ motivational videos ਜੇ ਤੁਸੀਂ ਹੋਮ ਮੇਕਰ ਆ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਹਾਨੂੰ ਇਸ ਚੈਨਲ ਤੋਂ ਮੋਟੀਵੇਸ਼ਨ ਮਿਲੇਗੀ ਐਂਡ ਅਨਦਰ ਵੀਡੀਓਜ਼ ਨੂੰ ਜ਼ਰੂਰ ਐਕਸਪਲੋਰ ਕਰਿਓ ਫੈਮਿਲੀ ਰੂਮ ਲਿਵਿੰਗ ਰੂਮ ਨੂੰ ਠਾਈਡ ਅਪ ਕਰਨ ਤੋਂ ਬਾਅਦ ਫਿਰ ਮੈਂ ਜਾਂਦੀ ਆ ਆਪਣੇ ਕਿਚਨ ਦੇ ਵਿੱਚ ਹੁਣ ਤੁਹਾਡੇ ਨਾਲ-ਨਾਲ ਮੈਂ ਕੁਐਸਚਨ ਵੀ ਕਵਰ ਕਰੂੰਗੀ ਸਭ ਤੋਂ ਪਹਿਲਾਂ ਜਿਹੜੇ ਰਾਤ ਦੇ ਮੇਰੇ ਬਰਤਨ ਬਾਸ਼ ਹੋਇਆ ਮੈਂ ਉਹਨੂੰ 에 ਟ੍ਰਾਈ ਲਈ ਰੱਖ ਦੂੰਗੀ ਰੈਕ ਓਪਨ ਕਰ ਦੂੰਗੀ ਐਂਡ ਕੁਐਸਚਨ ਕਵਰ ਕਰੂੰਗੀ ਓਕੇ ਫਰਸਟ ਕਮੈਂਟ ਸੀਗਾ ਕਿ ਤੁਸੀਂ ਡਿਸ਼ਵਾਸ਼ਰ ਦੇ ਵਿੱਚ ਭਾਂਡੇ ਧੋਨੇ ਆ ਜਦੋਂ ਲਾਈਕ ਡਨ ਹੋ ਜਾਂਦਾ ਸਾਈਕਲ ਤੇ ਉਹ ਵੈਟ ਹੁੰਦੇ ਆ ਲਾਈਕ ਤੁਸੀਂ ਰਾਤ ਹੁੰਦੇ ਆ ਰਾਈਟ ਮੇਰੇ ਵਾਂਗੂ ਤੇ ਸਵੇਰੇ ਉੱਠਦੇ ਆ ਤੇ ਉਹ ਵੈਟ ਹੁੰਦੇ ਆ ਸੋ ਥਿਸ ਇਜ਼ ਨਾਰਮਲ ਕਿਉਂਕਿ ਜੇ ਤਾਂ ਤੁਸੀਂ ਰਾਈਟ ਵੇ ਵਾਸ਼ ਕਰਦੇ ਆ ਉਹਦੇ ਚ ਆਪਸ਼ਨ ਹੁੰਦਾ ਡਰਾਈ ਹੋਣ ਦਾ ਉਹ ਡਰਾਈ ਵੀ ਹੁੰਦਾ ਹੈ ਜੇ ਤੁਸੀਂ ਰਾਈਟ ਵੇ ਉਹਨੂੰ ਓਪਨ ਕਰੋ ਤਾਂ ਤੁਹਾਨੂੰ ਪੂਰੇ ਡਰਾਈ ਪਾਂਡੇ ਮਿਲੂਗੇ ਐਂਡ ਫਿਰ ਤੁਸੀਂ ਇਹਨੂੰ ਟਿਕਾ ਸਕਦੇ ਆ ਬਟ ਜੇ ਤੁਸੀਂ ਰਾਤ ਨੂੰ ਪਾ ਦਿੰਦੇ ਆ ਮਸ਼ੀਨ 'ਚ ਸਵੇਰ ਨੂੰ اٹਕੇ ਮੇਰੇ ਮਾਗੂ ਕੱਢਣੇ ਹੁੰਦੇ ਆ ਤਾਂ ਉਹ ਵੈਟ ਹੀ ਤੁਹਾਨੂੰ ਮਿਲੂਗੇ ਔਰ ਰੀਜ਼ਨ ਬਿਹਾਈਂਡ ਕਿ ਡਰਾਈ ਹੋਣ ਤੋਂ ਬਾਅਦ ਉਹਦੇ ਚ ਹੀਟ ਹੁੰਦੀ ਹੈ ਰਾਈਟ ਬਹੁਤ ਸਾਰੀ ਹੀਟ ਹੁੰਦੀ ਆ ਤੇ ਫਿਰ ਉਹ ਮੌਇਸਚਰ ਅੰਦਰ ਬਣ ਜਾਂਦਾ ਲਾਈਕ ਸਟੀਮ ਜੀ ਹੋਣੀ ਸ਼ੁਰੂ ਹੋ ਜਾਂਦੀ ਹੈ ਜਦ ਤੱਕ ਡੋਰ ਬੰਦ ਰਹੂਗਾ ਰਾਈਟ ਐਂਡ ਫਿਰ ਜਦ ਤੁਸੀਂ ਓਪਨ ਕਰਦੇ ਆ ਇਸ ਵੇ ਨੂੰ ਤੇ ਉਹ ਵੈਟ ਹੁੰਦੇ ਆ ਸੋ ਉਹਦੇ ਤੋਂ ਬਾਅਦ ਤੁਸੀਂ ਕੀ ਕਰਦੇ ਹੋ ਅਸ ਡੋਨਟ نو ਓਪਨ ਕਰਕੇ ਰੱਖ ਦੋ ਲਾਈਕ ਰੈਕਸ ਆਊਟ ਕਰ ਦੋ ਉਹਦੇ ਨਾਲ ਫਿਰ 에 ਡਰਾਈ ਹੋ ਜਾਂਦੇ ਆ ਫਿਰ ਤੁਸੀਂ ਭਾਂਡੇ ਆਪਣੇ ਟੁਕਾ ਸਕਦੇ ਆ ਬਾਅਦ ਵਿੱਚ ਰੱਖ ਸਕਦੇ ਆ ਆਰਗੇਨਾਈਜ਼ ਕਰ ਸਕਦੇ ਆ ਤੁਹਾਡੀ ਮਸ਼ੀਨ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਓਕੇ ਸੋ ਤੁਸੀਂ ਮਾਰਨਿੰਗ ਦੇ ਵਿੱਚ ਇੱਕ ਸਾਈਕਲ ਕਰਕੇ ਦੇਖਿਓ ਤੇ ਜਿੱਤੇ ਉਹ ਕਲੀਨ ਦਾ ਆ ਜਾਂਦਾ ਉਹਦੇ ਤੇ ਲਾਈਟ ਤੁਸੀਂ ਉਹਨੂੰ ਬਾਹਰ ਕੱਢਿਓ ਤੁਹਾਡੇ ਭਾਂਡੇ ਤੁਹਾਨੂੰ ਡਰਾਈ ਮਿਲੂਗੇ ਸੋ ਤੁਹਾਡੀ ਮਸ਼ੀਨ ਨੂੰ ਨਹੀਂ ਕੁਝ ਹੋਇਆ ਹੈਗਾ ਬਟ ਜੇ ਤੁਸੀਂ ਓਵਰਨਾਈਟ ਕਰੋਗੇ ਡੋਰ ਬੰਦ ਰਹੂਗਾ ਤੇ ਫਿਰ ਉਹ ਫਿਰ ਬੈਠ ਹੋ ਜਾਊਗਾ ਸੋ ਇਹ ਡਰਾਈ ਕਰਕੇ ਉਹਨੂੰ ਰੱਖ ਲਿਆ ਕਰੋ ਆਈ ਹੋਪ ਤੁਹਾਨੂੰ ਤੁਹਾਡੇ ਕੁਐਸਚਨ ਦਾ ਆਨਸਰ ਮਿਲ ਗਿਆ ਹੋਗਾ ਤੁਹਾਡੀ ਮਸ਼ੀਨ ਨਹੀਂ ਖਰਾਓ ਹੋਰ ਹੀ ਨਾ ਤੁਸੀਂ ਮਸ਼ੀਨ ਵਾਲੇ ਨੂੰ ਬੁਲਾ ਲਓ ਕਿ ਮੇਰੇ ਭਾਂਡੇ ਨਹੀਂ ਟਰਾਈ ਹੁੰਦੇ ਓਕੇ ਐਨੀਵੇ ਚਲੋ ਅਨਦਰ ਥਿੰਗਸ ਕਰਦੇ ਆ ਅਨਦਰ ਫੇਅਰ ਕੁਐਸਚਨ ਕਵਰਸ ਕਰਦੇ ਆ ਵਿਚ ਵਿਚ ਓਕੇ ਮਾਰਨਿੰਗ ਦੀ ਜਿਹੜੀ ਮੇਰੀ ਕਿਚਨ ਕਲੀਨਿੰਗ ਹੁੰਦੀ ਆ ਲਾਈਕ ਰਾਈਟ ਆਫਟਰ ਬ੍ਰੈਕਫਾਸਟ ਬਹੁਤ ਸਾਰਾ ਖਲਾਰਾ ਹੋ ਜਾਂਦਾ ਫ੍ਰਿਜ ਵਿੱਚ ਜਾਣ ਵਾਲੀਆਂ ਚੀਜ਼ਾਂ ਹੁੰਦੀਆਂ ਸੋ ਜਦੋਂ ਵੀ ਤੁਸੀਂ ਲਾਈਕ ਕਿਚਨ ਪੈਂਟ ਚੋਂ ਚੀਜ਼ਾਂ ਲੈਣੇ ਜਾਂ ਫ੍ਰਿਜ ਚੋਂ ਲੈਣੇ ਆ ਉਹਨੂੰ ਹਮੇਸ਼ਾ ਵਾਈਪ ਕਰਕੇ ਰੱਖੋ ਇਹਦੇ ਨਾਲ ਫੇ ਤੁਹਾਡੀ ਫ੍ਰਿਜ ਨਹੀਂ ਖਰਾਬ ਹੁੰਦੀ ਕਿਉਂਕਿ ਜਦੋਂ ਵੀ ਤੁਸੀਂ ਕੋਈ ਚੀਜ਼ ਯੂਜ਼ ਕਰਦੇ ਆ ਨਾ ਉਹਦੇ ਵਿੱਚੋਂ ਲਿਕਵਿਡ ਤਾਂ ਨਿਕਲੀ ਜਾਂਦਾ ਫਾਰ ਇਗਜ਼ੈਂਪਲ ਤੁਸੀਂ ਸੌਸ ਦੀ ਬੋਤਲ ਲੈਣੀ ਹੈ ਕੈਚੱਪ ਦੀ ਬੋਤਲ ਤਾਂ ਹਮੇਸ਼ਾ ਉਹਦਾ ਲਿਡ ਗੰਦਾ ਹੀ ਰਹਿੰਦਾ ਸੋ ਮੇਰੀ ਆਦਤ ਹੈ ਕਿ ਮੈਨੂੰ ਕਲੀਨ ਕਰਕੇ ਰੱਖਦੀ ਆ ਸੋ ਹੁਣ ਮੈਂ ਜਿਹੜੇ ਮੇਰੇ ਮਾਰਨਿੰਗ ਦੇ 20 ਮਿੰਟਸ ਹੁੰਦੇ ਆ ਮਾਰਨਿੰਗ ਦਾ ਮੇਰਾ ਕਿਚਨ ਕਲੀਨਿੰਗ ਰੁਟੀਨ ਉਹ ਤੁਹਾਡੇ ਨਾਲ ਹੁਣ ਮੈਂ ਸ਼ੇਅਰ ਕਰ ਰਹੀ ਆ ਸੋ ਤੁਹਾਨੂੰ ਮੋਟੀਵੇਸ਼ਨ ਮਿਲੂਗੀ ਜਸਟ ਮੈਂ ਆਪਣਾ ਲਾਈਕ ਨੈਚੁਰਲ ਰੀਅਲਿਸਟਿਕ ਰੁਟੀਨ ਤੁਹਾਨੂੰ ਸ਼ੇਅਰ ਕਰਦੀਆਂ ਜੋ ਮੈਂ ਏਵਰੀ ਡੇ ਕਰਦੀ ਆ ਸਮ ਟਾਈਮ ਮੈਂ ਕੁਝ ਲਾਈਕ ਆਪਣੇ ਦਿਨ ਦੇ ਲਾਈਕ ਫਿਊ ਆਵਰਸ ਕਹ ਲਓ ਜਾਂ ਮਿੰਟਸ ਕਹ ਲਓ ਉਹ ਸ਼ੇਅਰ ਕਰਦੀ ਆ ਸੋ ਪੂਰਾ ਤਾਂ ਸ਼ੇਅਰ ਕਰਨਾ ਇਜ਼ ਰੀਅਲੀ ਰੀਅਲੀ ਹਾਰਡ 24 hours in a day oh my god is crazy right but i try my best ke method nan apni min min chizaan share kara jo tusi as a homemaker karde ho and stay positive rehya karo motivated rehya karo so khud nu hi thonu karna paina hai saara kuch kise ne kehna nahi kuch hunda so khud nu bhi time do at least 5 minutes ਮੈਂ ਜੋ ਵੀ ਕੰਮ ਕਰਦੀ ਆ ਨਾ ਮੈਂ ਉਸ ਕੰਮ ਨੂੰ ਇੰਜੋਏ ਕਰਕੇ ਕਰਦੀ ਆ ਫੋਰ ਐਗਜ਼ਾਮਪਲ ਮੈਂ ਤੁਹਾਡੇ ਲਈ ਵੀਡੀਓਜ਼ ਬਣਾਦੀ ਆ ਇਹ ਮੇਰਾ ਪੈਸ਼ਨ ਆ ਸੋ ਮੈਂ ਉਹਨੂੰ ਇੰਜੋਏ ਕਰਦੀ ਆ ਮੈਨੂੰ ਵੀਡੀਓਜ਼ ਬਣਾਉਣੀਆਂ ਚੰਗੀਆਂ ਲੱਗਦੀਆਂ ਆ ਰਾਈਟ ਸੋ ਇੱਥੇ ਮੈਂ ਆਪਣਾ ਕੈਮਰਾ ਵੀ ਖੁਦ ਹੈਂਡਲ ਕਰਦੀ ਆ ਐਂਡ ਐਕਟਰ ਵੀ ਖੋਦਾ ਐਡੀਟਰ ਵੀ ਖੋਦਾ ਡਾਇਰੈਕਟਰ ਵੀ ਖੋਦਾ ਸੋ ਮੈਂ ਇੰਜੋਏ ਕਰਦੀ ਆ ਜੋ ਮੈਂ ਕਰਦੀ ਆ ਰਾਈਟ ਸੋ ਮੈਂ ਤੁਹਾਨੂੰ ਇੱਥੇ ਇਹ ਕਹਿਣਾ ਚਾਹੁੰਦੀ ਆ ਤੁਸੀਂ ਇੰਜੋਏ ਕਰਕੇ ਥਿੰਗਸ ਕਰੋ ਜੋ ਤੁਹਾਨੂੰ ਕਰਨਾ ਚੰਗਾ ਲੱਗਦਾ ਉਹ ਉਹਨੂੰ ਜ਼ਰੂਰ ਕਰੋ ਸੋ ਕਿਚਨ ਚ ਆਂਦੇ ਮੈਂ ਮਾਰਨਿੰਗ ਚ ਆਪਣੇ ਜਿਹੜੇ ਡਿਸ਼ ਵਾਸ਼ਰ ਦੇ ਰੈਕਸ ਆ ਉਹਨਾਂ ਨੂੰ ਆਊਟ ਕਰ ਦਿੱਤਾ ਸੀ ਕਿ ਉਹਨਾਂ ਨੂੰ ਪ੍ਰੋਪਰ 에ਅ ਲੱਗ ਸਕੇ ਸੋ ਜਿੱਦਾਂ ਮੈਂ ਤੁਹਾਡਾ ਕੁਐਸਚਨ ਕਵਰ ਕੀਤਾ ਹਨਾ ਸੋ ਜਦੋਂ ਫਿਰ ਇਹਦਾ ਇਹ ਡਰਾਈ ਹੋ ਜਾਂਦਾ ਹੈ ਫਿਰ ਤੁਸੀਂ ਸਾਰੇ ਭਾਂਡੇ ਕੱਢ ਕੇ ਆਰਗੇਨਾਈਜ਼ ਕਰ ਲਓ ਜਿੱਥੇ-ਇਥੇ ਜਾਣਾ ਆ ਰਾਈਟ ਹੁਣ ਮੈਂ ਸਾਰੀਆਂ ਆਪਣੀਆਂ ਕਿਚਨ ਕੈਬਿਨੇਟਸ ਨੂੰ ਆਰਗੇਨਾਈਜ਼ ਕਰੂੰਗੀ ਜਿੱਥੇ-ਇਥੇ ਭਾਂਡੇ ਜਾਣੇ ਆ ਉਹਨਾਂ ਨੂੰ ਚੰਗੀ ਤਰ੍ਹਾਂ ਟਿਕਾਉਂਗੀ ਇਹ ਵੀ ਮੇਰਾ ਦਿਨ ਦੇ ਵਿੱਚ ਕਿੰਨਾ ਟਾਈਮ ਲੈ ਲੈਂਦਿਆ ਬਟ ਆਈ ਲਵ ਟੂ ਆਰਗੇਨਾਈਜ਼ ਗਾਇਸ ਤੁਸੀਂ ਮੇਰੀਆਂ ਬਹੁਤ ਸਾਰੀਆਂ ਵੀਡੀਓ ਦੇਖੀਆਂ ਹੋਣੀਆਂ ਬਹੁਤ ਸਾਰੀਆਂ ਡੀਆਈਵਾਈ ਆਰਗੇਨਾਈਜੇਸ਼ਨ ਦੀਆਂ ਵੀਡੀਓ ਐਂਡ ਪੂਰੀ ਕਿਚਨ ਕਲੀਨਿੰਗ ਦੀ ਵੀਡੀਓ ਵੀ ਦੇਖਿਓ ਪੂਰੀ ਕਿਚਨ ਕੈਬਿਨੇਟਸ ਨੂੰ ਆਰਗੇਨਾਈਜੇਸ਼ਨ ਕਰਨ ਦੀ ਵੀਡੀਓ ਵੀ ਜ਼ਰੂਰ ਦੇਖਿਓ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਆ ਕਿ ਤੁਸੀਂ ਜਸਟ ਇੱਕ ਹੂਰੀਆਂ ਵੀਡੀਓਜ਼ ਨੂੰ ਐਕਸਪਲੋਰ ਕਰੋ ਐਂਡ ਤੁਹਾਨੂੰ ਹਰ ਇੱਕ ਵੀਡੀਓ ਚ ਕੁਝ ਨਾ ਕੁਝ ਸਿੱਖਣ ਨੂੰ ਮਿਲੇਗਾ ਕੋਈ ਨਾ ਕੋਈ ਮੋਟੀਵੇਸ਼ਨ ਜ਼ਰੂਰ ਮਿਲੇਗੀ ਜੇ ਤੁਸੀਂ ਹਜੇ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਓ ਹੋਰ ਅਨਦਰ ਵੀਡੀਓਜ਼ ਲਈ ਐਂਡ ਨੋਟੀਫਿਕੇਸ਼ਨ ਦੀ ਬੈਲ ਨੂੰ ਵੀ ਪ੍ਰੈਸ ਕਰ ਲਿਓ ਫਿਰ ਫਿਰ ਤੁਹਾਨੂੰ ਮੇਰੀ ਹਰ ਇੱਕ ਨਵੀਂ ਵੀਡੀਓ ਸਭ ਤੋਂ ਪਹਿਲਾਂ ਮਿਲੇਗੀ ਕਵੈਸਚਨ ਸੀਗਾ ਕਿ ਮੈਂ ਹਿੰਦੀ ਦੇ ਵਿੱਚ ਬਲੌਗਸ ਬਣਾਵਾਂ ਕਿਉਂਕਿ ਮੈਨੂੰ ਮੇਰੀ ਪੰਜਾਬੀ ਸਮਝ ਨਹੀਂ ਆਉਂਦੀ ਆਈ ਡੋਨੋ ਐਨੀਵੇ ਮੈਂ ਹਿੰਦੀ ਦੇ ਵਿੱਚ ਵੀ ਬਲੌਗਸ ਬਣਾਦੀ ਆ ਤੁਸੀਂ ਉਹ ਵੀ ਚੈੱਕ ਕਰ ਲਿਓ ਕਵੈਸਚਨ ਸੀਗਾ ਕਿ ਮੈਂ ਆਪਣਾ ਲਾਈਕ ਅ ਕ੍ਰੌਕਰੀ ਸ਼ੇਅਰ ਕਰਾਂ ਆਈ ਡਿਡਨਟ ਗੈਟ ਇਟ ਸੋ ਜਿਹੜੇ ਮੇਰੇ ਮੇਰੇ ਅਨਦਰ ਬਰਥਨ ਉਹਦੀ ਆਲਰੇਡੀ ਮੈਂ ਵੀਡੀਓ ਸ਼ੇਅਰ ਕੀਤੀ ਹੈ ਉਹ ਚੈੱਕ ਕਰ ਲਿਓ ਹੁਣ ਮੈਂ ਕਿਚਨ ਪੈਂਟਰੀ ਐਂਡ ਫ੍ਰਿਜ ਦੀਆਂ ਰੀਫਿਲਸ ਕਰੂੰਗੀ ਐਂਡ ਮੀਲ ਪ੍ਰੈਪ ਕਰੂੰਗੀ ਤੁਹਾਡੇ ਨਾਲ ਕੁਝ ਆਈਡੀਆ ਸ਼ੇਅਰ ਕਰੂੰਗੀ ਸੋ ਜਿਹੜੀਆਂ ਮਿਰਚਾਂ ਹੋਣੀਆਂ ਲਾਈਕ ਗ੍ਰੀਨ ਚਿਲੀ ਔਰ ਮੈਂ ਜ਼ਿਆਦਾ ਲੈ ਕੇ ਉਹਨੂੰ ਮੈਂ ਪ੍ਰੈਪ ਕਰਕੇ ਰੱਖ ਲੰਨੀ ਆ ਇਨਾ ਫਰੀਜ਼ਰ ਐਂਡ ਇਨਾ ਫ੍ਰਿਜ ਸਭ ਤੋਂ ਪਹਿਲਾਂ ਕੀ ਕਰਨਾ ਤੁਸੀਂ ਲਿਆ ਕੇ ਮਿਰਚਾਂ ਨੂੰ ਡੰਡੀਆਂ ਇਦਾਂ ਤੋੜ ਲਓ ਜੇ ਤੁਸੀਂ ਹਰੀ ਮਿਰਚਾ ਯੂਜ਼ ਕਰਦੇ ਥੈਨ ਓਕੇ ਮੈਂ ਇਹਨੂੰ ਸਬ ਚੀਜ਼ ਦੇ ਵਿੱਚ ਯੂਜ਼ ਕਰਦੀ ਆ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਯੂਜ਼ ਹੋ ਜਾਂਦੀ ਆ ਸੋ ਡੰਡੀਆਂ ਨੂੰ ਇਦਾਂ ਤੁਸੀਂ ਤੋੜ ਲੈਣਾ ਆ ਫਿਰ ਸਾਰੀਆਂ ਮਿਰਚਾਂ ਜਿਹੜੇ ਤੇ ਸਾਫ਼ ਹੋ ਜਣੀਆਂ ਜਿਹੜੀਆਂ ਗੰਦੀਆਂ ਨੂੰ ਕੱਢ ਦਿਓ ਜਾਲੂ ਜਿਹੜੀਆਂ ਉਹਨੂੰ ਸੈਪਰੇਟ ਹੀ ਰੱਖਿਓ ਕਿ ਥੋੜੀਆਂ ਇਹ ਜਾਲੂ ਹੁੰਨੀਆਂ ਫਿਰ ਉਹ ਅਦਰ ਨੂੰ ਵੀ ਖਰਾਬ ਕਰਦੀਆਂ ਫਿਰ ਇਹਦਾ ਡੰਡੀਆਂ ਤੋੜ ਕੇ ਫਿਰ ਤੁਸੀਂ ਉਹਨੂੰ ਵਾਸ਼ ਕਰਕੇ ਰੱਖ ਦਿਓ ਡਰਾਈ ਹੋਣ ਦੇ ਮੈਂ ਰਾਤ ਨੂੰ ਇਹਨੂੰ ਇਦਾਂ ਕਰਕੇ ਰੱਖ ਦਿੰਦੀ ਆ ਸੋ ਮੈਂ ਲਾਸਟ ਨਾਈਟ ਦਾ ਕਲਿੱਪ ਤੁਹਾਨੂੰ ਸ਼ੇਅਰ ਕਰ ਰਹੀ ਆ ਹੋਣੇ ਸਾਰੀਆਂ ਮਿਰਚਾਂ ਟਰਾਈ ਹੋ ਗਈਆਂ ਚਲੋ ਮੈਂ ਇੱਕ ਸਾਈਡ ਤੇ ਕੱਢ ਲਈਆਂ ਜਿੰਨੀਆਂ ਵੀ ਗ੍ਰੀਨ ਹਨ ਉਹਨਾਂ ਨੂੰ ਮੈਂ ਹੁਣ ਸਟੋਰ ਕਰੂੰਗੀ ਇਸ ਕਲੀਅਰ ਜਾਰ ਦੇ ਵਿੱਚ ਇਹ ਰੀਸਾਈਕਲਡ ਜਾਰ ਮੈਂ ਯੂਜ਼ ਕਰ ਰਹੀ ਹਾਂ ਲਾਸਟ ਵੀਡੀਓ 'ਚ ਮੈਂ ਤੁਹਾਨੂੰ ਸ਼ੇਅਰ ਕੀਤਾ ਸੀ ਜੇ ਤੁਸੀਂ ਆਰਗੇਨਾਈਜ਼ ਕਰਨਾ ਲਾਈਕ ਕਰਦੇ ਹੋ ਜਿਹੜੇ ਪਾਸਤਾ ਸੌਸ ਵਾਲੇ ਇਦਾਂ ਜਾਰਸ ਹੁੰਦੇ ਆ ਉਹਨਾਂ ਨੂੰ ਤੁਸੀਂ ਵਾਸ਼ ਕਰਕੇ ਰੀਯੂਜ਼ ਕਰ ਸਕਦੇ ਆ ਐਂਡ ਆਰਗੇਨਾਈਜ਼ ਕਰਨਾ ਸਿੱਖ ਸਕਦੇ ਆ ਸੋ ਮੈਂ ਇਹ ਤੋਂ ਸਟਾਰਟ ਕੀਤਾ ਸੀ ਹੁਣ ਇਹ ਜਾਰ ਬਹੁਤ ਵਧੀਆ ਇਹਨੂੰ ਮੈਂ ਆਪਣੀ ਫਰਿੱਜ ਦੇ ਵਿੱਚ ਯੂਜ਼ ਕਰੂੰਗੀ ਇਹਦਾ ਡੰਡੀਆਂ ਤੋੜ ਕੇ ਵਾਸ਼ ਕਰਕੇ ਡਰਾਈ ਕਰਕੇ ਤੁਸੀਂ ਇਹਨੂੰ ਆਪਣੀ ਫਰਿੱਜ ਵਿੱਚ ਰੱਖ ਦਿਓ ਮੋਰ ਥੈਨ ਮੰਥ ਇਹਨਾਂ ਨੂੰ ਕੁਝ ਨਹੀਂ ਹੁੰਦਾ ਸੈਕੰਡ ਵੇ ਤੁਸੀਂ ਇਹਨੂੰ ਕਿੱਦਾਂ ਪ੍ਰੈਪ ਕਰ ਸਕਦੇ ਆ ਵਾਸ਼ ਕਰਕੇ ਡਰਾਈ ਕਰਕੇ ਜੇ ਤੁਸੀਂ ਫਰੀਜ਼ ਵਿੱਚ ਰੱਖਣਾ ਚਾਹਦੇ ਆ ਰਾਈਟ ਵੇ ਵਾਸ਼ ਕਰਕੇ ਇਹਨੂੰ ਤੁਸੀਂ ਬਲੈਂਡ ਕਰਕੇ ਫ੍ਰੀਜ਼ ਕਰ ਸਕਦੇ ਆ ਹੁਣ ਮੈਂ ਇਹਨੂੰ ਪਹਿਲਾਂ ਤਾਂ ਬਲੈਂਡ ਕਰੂੰਗੀ ਮੈਂ ਸਟੋਰ ਕਰਨ ਲਈ ਇਹਦਨੀਆਂ ਸਿਲੀਕੋਨ ਟ੍ਰੇਜ਼ ਯੂਜ਼ ਕਰਦੀਆਂ ਇਹਨਾਂ ਚੋਂ इजीली ਕਯੂਬਸ ਆਊਟ ਆ ਜਾਂਦੇ ਆ ਐਂਡ ਹੋਂ ਦੇਖੋ ਇਦਾਂ ਬਲੈਂਟ ਹੋ ਗਈਆਂ ਮਿਰਚਾਂ ਐਂਡ ਹੋਂ ਮੈਂ ਇਹਦੇ ਪਕਸ ਬਣਾਉਂਗੀ ਟ੍ਰੇ ਦੇ ਵਿੱਚ ਤੁਸੀਂ ਇਹਨੂੰ ਚੰਗੀ ਤਰ੍ਹਾਂ ਫਲੈਟ ਕਰ ਲਓ ਪ੍ਰੈਸ ਕਰ ਦਿਓ ਐਂਡ ਫਿਰ ਬਦਿਆ ਕਯੂਬ ਬਣ ਜਾਂਦਾ ਐਂਡ ਹੋਂ ਮੈਂ ਇਹਨੂੰ ਇਦਾਂ ਸੈੱਟ ਕਰ ਦਿੱਤਾ ਹੈ ਤੁਸੀਂ ਇਦਾਂ ਟ੍ਰੇਆਂ ਫਿਲ ਕਰਕੇ ਇਹਨੂੰ ਤੁਸੀਂ ਫ੍ਰੀਜ਼ ਕਰ ਸਕਦੇ ਆ ਮੇਕ ਸ਼ੋਰ ਜਦੋਂ ਵੀ ਤੁਸੀਂ ਕਰਦੇ ਹੋ ਉਹਨੂੰ ਨਾਈਸਲੀ ਪ੍ਰੈਸ ਕਰ ਦਿਓ ਫਿਰ ਨਾਈਸਲੀ ਪੱਕ ਕਲੀਅਰ ਆਊਟ ਆਂਦਾ ਆ ਐਂਡ ਹੋਂ ਇਹਨੂੰ ਤੁਸੀਂ ਕਵਰ ਕਰਕੇ ਤੇ ਇਹਨੂੰ ਤੁਸੀਂ ਫ੍ਰੀਜ਼ਰ ਦੇ ਵਿੱਚ ਰੱਖ ਦੋ ਅੱਜ ਬਹੁਤ ਸਾਰੀਆਂ ਫ੍ਰਿਜ ਦੀਆਂ ਕਿਚਨ ਪੈਂਟਰੀ ਦੀਆਂ ਰੀਫਿਲਸ ਆ ਮੇਰਾ ਦੇਸੀ ਕਿਓ ਵੀ ਫਿਨਿਸ਼ ਹੋਇਆ ਉਹਨੂੰ ਵੀ ਮੈਂ ਰੀਫਿਲ ਕਰਨਾ ਪਹਿਲਾਂ ਮੈਂ ਬਣਾਉਂਗੀ ਮੈਂ ਘਰੇ ਬਣਾਉਂਦੀ ਹੁੰਦੀ ਹੰਦੀ ਆ ਦੇਸੀ ਕਿਓ ਐਂਡ ਇਹ ਵਾਲੀਆਂ ਸਟਿਕਸ ਯੂਜ਼ ਕਰਦੀ ਆ ਬਟਰ ਸਟਿਕਸ ਹੁੰਨੀਆਂ ਏ ਘਰ ਫ੍ਰੈਸ਼ ਬਟਰ ਕਿੱਦਾਂ ਬਣਾਇਦਾ ਉਹ ਵੀ ਮੈਂ ਤੁਹਾਨੂੰ ਸ਼ੇਅਰ ਕੀਤਾ ਸੀ ਉਹਦੇ ਵਿੱਚ ਕਿਸੇ ਨੇ ਕਮੈਂਟ ਕੀਤਾ ਸੀ ਮੈਂ ਕਿੱਦਾਂ ਬਣਾਇਆ ਫ੍ਰੈਸ਼ ਬਟਰ ਉਹਦੇ ਵਿੱਚ ਮੈਂ ਤੁਹਾਨੂੰ ਸ਼ੇਅਰ ਕੀਤਾ ਸੀ ਕਿ ਐਨੀ ਹੈਵੀ ਵਿਪਿੰਗ ਕਰੀਮ ਸੋ ਤੁਸੀਂ ਵੀਡੀਓਜ਼ ਨੂੰ ਪਲੀਜ਼ ਚੰਗੀ ਤਰ੍ਹਾਂ ਦੇਖ ਲਿਆ ਕਰੋ ਐਂਡ ਫਿਰ ਹਰ ਇੱਕ ਕੁਐਸ਼ਨ ਨੂੰ ਕਵਰ ਕਰਨਾ ਇਜ਼ ਰੀਅਲੀ ਹਾਰਡ ਸੋ ਐਨੀ ਵਿਪ ਇਸ ਕਿਉ ਲਈ ਦਨੀਆ ਸਟਿਕਸ ਯੂਜ਼ ਕਰ ਸਕਦੇ ਆ ਮੇਰਾ ਦੀ ਸੀਕੂ ਵੀ ਬਣ ਰਿਹਾ ਬਸ ਇਹਨੂੰ ਟੌਪ ਤੋਂ ਕਲੀਅਰ ਕਰਨਾ ਹੁੰਦਾ ਜਿਹੜੀ ਫਾਰਮ ਜੀ ਹੁੰਦੀ ਹੈ ਨਾ ਇਹ ਟੌਪ ਤੇ ਆ ਜਾਂਦੀ ਆ ਬਸ ਇਹਨੂੰ ਤੁਸੀਂ ਮੀਡੀਅਮ ਤੋਂ ਲੋ ਹਿੱਟ ਦੇ ਵਿੱਚ ਇਦਾਂ ਪਕਾ ਲੈਣਾ ਹੁੰਦਾ ਜ ਤੱਕ ਕਲੀਅਰ ਨਹੀਂ ਹੁੰਦਾ ਕੁਸਟਿਨ ਸੀਗਾ ਕਿ ਅਮ ਮੇਰੇ ਜਿਹੜੇ ਰੋਜ਼ ਆ ਪਤਾ ਨਹੀਂ ਕਿੱਥੇ ਤੁਸੀਂ ਦੇਖੇ ਹੋਣੇ ਮੇਰੇ ਕੋਲ ਕੋਈ ਰੋਜ਼ਸ ਨਹੀਂ ਹੈਗੇ ਨਾ ਤਾਂ ਮੇਰੇ ਗਾਰਡਨ ਦੇ ਵਿੱਚ ਕੋਈ ਰੋਜ਼ ਆ ਸੋ ਤੁਸੀਂ ਕਹਿ ਕੇ ਉਹ ਸੀਡਸ ਤੋਂ ਲਗਾਏ ਆ ਆਈ ਡੋਨਟ ਥਿੰਕ ਸੋ ਕਿ ਸੀਡਸ ਤੋਂ ਆਪਾਂ ਕਰਦੇ ਹਾਂ ਉਹਨਾਂ ਦਾ ਯਾ ਸੀਡ ਵਾਂਗੂ ਇਹ ਆਂਦਾ ਬਟ ਉਹਦੇ ਨਾਲ ਸਟੈਮਸ ਹੁੰਦੀਆਂ ਆ ਤੁਸੀਂ ਉਹਨੂੰ ਲਗਾ ਸਕਦੇ ਆ ਰੋਜ਼ੇਸ ਨੂੰ ਐਂਡ ਮੇਰੇ ਕੋਲ ਕੋਈ ਰੋਜ਼ੇਸ ਦੇ ਪਲੈਂਟਸ ਨਹੀਂ ਹੈਗੇ ਐਂਡ ਆਈ ਡੋਨਟ نو ਤੁਸੀਂ ਕਿਹੜੇ ਪੁੱਛੇ ਸੀ ਆਈ ਹੈਵ ਫੇਕ ਵਨ ਬਟ ਆਈ ਡੋਨਟ ਹੈਵ ਰੀਅਲ ਪਲੈਂਟਸ ਆਫ ਰੋਜ਼ੇਸ ਸੋ ਯਾ ਤੁਸੀਂ ਆਪਣੀ ਚੁਆਇਸ ਲਈ ਲਗਾ ਸਕਦੇ ਆ ਪਲੈਂਟਸ ਜਿਹੜੇ ਵੀ ਤੁਹਾਨੂੰ ਪਸੰਦ ਆ ਜੇ ਤੁਹਾਨੂੰ ਰੋਜ਼ੇਸ ਪਸੰਦ ਆ ਤੇ ਤੁਸੀਂ ਉਹ ਪਰਚੇਸ ਕਰਕੇ ਲਗਾ ਸਕਦੇ ਆ ਆ ਹਾਲ મે ਫ੍ਰਿਜ ਦੇ ਵਿੱਚ ਜੂਸ ਰੀਫਿਲ ਕਰੂੰਗੀ ਮੈਂ ਤਾਂ ਨੀਆਂ ਛੋਟੀਆਂ ਗਲਾਸ ਬੋਟਲਸ ਯੂਜ਼ ਕਰਦੀ ਆ ਤੁਸੀਂ ਪੁੱਛਿਆ ਸੀਗਾ ਕਿ ਮੈਂ ਗਲਾਸ ਬੋਟਲਸ ਕਿੱਥੋਂ ਲਈਆਂ ਲਿੰਕ ਸ਼ੇਅਰ ਕਰਾਂ ਤੁਸੀਂ Amazon ਤੇ ਸਰਚ ਕਰ ਸਕਦੇ ਆ ਗਲਾਸ ਜੂਸ ਬੋਟਲਸ ਐਂਡ ਫਿਊ ਡੇਸ ਬੈਕ ਮੈਂ ਤੁਹਾਡੇ ਨਾਲ ਸ਼ੇਅਰ ਵੀ ਕੀਤਾ ਸੀ ਜਦੋਂ ਮੈਂ ਸ਼ਾਪਿੰਗ ਹਾਲ ਸ਼ੇਅਰ ਕੀਤਾ ਸੀ Amazon ਦਾ ਸੋ ਉਹਨੂੰ ਚੈੱਕ ਕਰ ਲਿਓ ਇਹ ਬਹੁਤ ਹੀ ਯੂਸਫੁਲ ਆ ਤੁਸੀਂ ਇਹਨੂੰ ਬਸ ਇਦਾਂ ਫਿਲ ਕਰਕੇ ਰੱਖ ਦਿਓ ਜਦੋਂ ਵੀ ਜੂਸ ਪੀਣਾ ਬੱਚਿਆਂ ਨੇ ਔਰ ਤੁਸੀਂ ਬਸ ਬੋਟਲ ਨੂੰ ਕੱਢੋ ਐਂਡ ਯੂਜ਼ ਕਰ ਲਓ ਕੀ ਸੀਗੀ ਠੰਡਾ ਹੋ ਗਿਆ ਐਂਡ ਮੈਂ ਉਹ ਸਟੋਰ ਕਰ ਲਿਆ ਇੱਕ ਜਿਹ ਮੈਂ ਰੀਫਿਲ ਲਈ ਰੱਖਦੀ ਆ ਇੱਕ ਵਿੱਚੋਂ ਮੈਂ ਯੂਜ਼ ਕਰਦੀ ਆ ਓਕੇ ਨੈਕਸਟ ਕੁਐਸਚਨ ਸੀਗਾ ਅਸੀਂ ਨਾਇਗਰਾ ਫਾਲਸ ਗਿਆ ਸੀ ਰਾਈਟ ਲਾਸਟ ਵੀਡੀਓ ਜੇ ਤੁਸੀਂ ਨਹੀਂ ਦੇਖੀ ਜਰੂਰ ਦੇਖਿਓ ਸੋ ਉੱਥੇ ਮੈਂ ਸ਼ੇਅਰ ਕੀਤਾ ਸੀ ਕਿ ਪੈਕੇਜ ਮਿਲ ਜਾਂਦੇ ਆ ਜੇ ਤੁਸੀਂ ਨਵੇਂ ਆ ਕੈਨੇਡਾ ਦੇ ਵਿੱਚ ਤੁਸੀਂ ਨਾਇਗਰਾ ਫਾਲ ਜਾਣਾ ਚਾਹੁੰਦੇ ਆ ਬਟ ਸੋ ਮਨੀ ਅਟਰੈਕਸ਼ਨਸ ਤੁਸੀਂ ਸਸਤੇ ਚ ਕਰਨਾ ਚਾਹੁੰਦੇ ਆ ਰਾਈਟ ਥੈਨ ਪਾਸੇ ਮਿਲ ਜਾਂਦਾ ਤੁਸੀਂ ਸਾਈਡ ਤੇ ਮੇਰੇ ਤੇ ਸਕਰੀਨ ਤੇ ਦੇਖ ਰਹੇ ਹੋਣੇ ਆ ਜੇ ਤੁਸੀਂ ਇਹ ਲੈਨੇ ਆ ਪਾਸ ਇਹਦੇ ਵਿੱਚ ਤੁਹਾਨੂੰ ਲਾਈਕ ਕਿੰਨੀਆਂ ਸਾਰੀਆਂ ਅਟਰੈਕਸ਼ਨਸ ਮਿਲ ਜੰਦੀਆਂ ਨਾਇਗਰਾ ਫਾਲਸ ਦੇ ਵਿੱਚ ਓਨਲੀ ਇਹ ਹੀ ਪਾਸ ਨਹੀਂ ਹੈਗਾ ਉੱਥੇ ਹੋਰ ਵੀ ਬਹੁਤ ਸਾਰੀਆਂ ਅਟਰੈਕਸ਼ਨਸ ਦੇ ਤੁਹਾਨੂੰ ਆਲ ਟੂਗੇਦਰ ਪਾਸਸ ਮਿਲ ਜਾਂਦੇ ਆ ਤੁਸੀਂ ਕੀ ਕਰਨਾ ਆ ਜਿਹੜੀ ਵੀ ਤੁਹਾਨੂੰ ਅਟਰੈਕਸ਼ਨ ਚੰਗੀ ਲੱਗਦੀ ਆ ਤੁਸੀਂ ਉੱਥੇ ਜਾ ਕੇ ਉਹਨਾਂ ਦੇ ਕੋਲ ਸਟ੍ਰੇਟ ਪੁੱਛ ਸਕਦੇ ਆ ਕਿ ਇਸ ਪਾਸ ਦੇ ਵਿੱਚ ਤੁਸੀਂ ਸਾਨੂੰ ਕਿੰਨੀਆਂ ਅਟਰੈਕਸ਼ਨਸ ਦੇ ਸਕਦੇ ਆ ਰਾਈਟ ਸੋ ਫਿਰ ਤੁਸੀਂ ਆਪਣੇ ਅਟਰੈਕਸ਼ਨਸ ਚੂਜ਼ ਕਰ ਸਕਦੇ ਆ ਸੋ ਡਿਫਰੈਂਟ ਡਿਫਰੈਂਟ ਲਾਈਕ ਜਾ ਕੇ ਪਲੇਸਸ ਤੇ ਤੁਹਾਨੂੰ ਡਿਫਰੈਂਟ ਡਿਫਰੈਂਟ ਪਾਸਸ ਮਿਲੂਗੇ ਐਂਡ ਡਿਫਰੈਂਟ ਅਟਰੈਕਸ਼ਨਸ ਮਿਲੂਗਾ ਜਿਹੜਾ ਇਹ ਹੈਗਾ 4D ਜਿਹੜਾ ਮੈਂ ਤੁਹਾਨੂੰ ਸ਼ੇਅਰ ਕੀਤਾ ਦਿਸ ਵਨ ਦਿਸ ਇਜ਼ ਅ ਮੇਨ ਵਨ ਮੋਸਟਲੀ ਪੀਪਲ ਇਹ ਕਰਦੇ ਆ ਬਟ ਜੇ ਤੁਹਾਡੇ ਬੱਚੇ ਥੋੜੇ ਜਿਹਾ ਵੱਡੇ ਆ ਤੁਸੀਂ ਟੈਗ ਲਈ ਜਾ ਸਕਦੇ ਤੁਸੀਂ ਬੋਲਿੰਗ ਕਰ ਸਕਦੇ ਆ ਤੁਸੀਂ ਮਿਡਵੇ ਵਿੱਚ ਜਾ ਸਕਦੇ ਲਾਈਕ ਸੋ ਮਨੀ ਥਿੰਗਸ ਸੋ ਗੋ ਓਨ ਅ ਵੈਬਸਾਈਟ ਨਾਈਗਰਾ ਦੇ ਅਟਰੈਕਸ਼ਨਸ ਪਾ ਕੇ

ਅਨ ਕਿਉਂਕਿ ਅਸੀਂ ਜਸਟ ਮੇਨ ਫੋਕਸ ਰੱਖਿਆ ਸੀ ਕਿ ਅਸੀਂ ਜਸਟ ਪਲੇ ਕਰਨਾ ਹੈ ਐਂਡ ਅਸੀਂ ਫਾਲ ਤੇ ਨਹੀਂ ਜਾਣਾ ਫਾਲ ਅਸੀਂ ਬਹੁਤ ਵਾਰੀ ਦੇਖਿਆ ਹੈ ਬਟ ਤੁਹਾਨੂੰ ਲੈ ਕੇ ਜਾਵਾਂਗੀ ਨੈਕਸਟ ਟਾਈਮ ਕਿਉਂਕਿ ਹੁਣ ਸਮਰ ਆ ਗਿਆ ਹੁਣ ਬਸ ਅਸੀਂ ਤੁਰ ਹੀ ਜਾਣਾ ਤੁਰ ਹੀ ਜਾਣਾ ਰਾਈਟ ਅਜੇ ਦੇਖਦੇ ਹਾਂ ਅਜੇ ਸਾਡੇ ਕਿੱਦਾਂ ਪਲਾਨ ਦਾ ਐਂਡ ਫਿਰ ਲਾਈਕ ਤੁਹਾਨੂੰ ਸ਼ੇਅਰ ਕਰੂੰਗੀ ਤੁਹਾਨੂੰ ਦਿਖਾਉਂਗੀ ਫਾਲ ਦਾ ਵੀ ਕਿੱਦਾਂ ਹੈਗਾ ਉੱਥੇ ਫਾਲ ਐਂਡ ਮੋਸਟਲੀ ਅਸੀਂ ਕਲਿਫਟਨ ਹਿੱਲ ਦੇ ਵਿੱਚ ਹੀ ਜਾ ਕੇ ਇੰਜੋਏ ਕਰਦੇ ਹਾਂ ਜੇ ਤੁਸੀਂ ਨਾਇਗਰਾ ਫਾਲਸ ਤੇ ਜਾਣੇ ਆ ਫਾਲ ਇਕੱਲਾ ਦੇਖਦੇ ਤੇ ਆ ਜਾਂਦੇ ਆ ਉਹਦੇ ਨਾਲ ਕਲਿਫਟਨ ਹੈਲਾ ਥੋੜਾ ਜਿਹਾ ਵਾਕ ਕਰਕੇ ਹੀ ਡਿਸਟੈਂਸ ਤੇ ਤੁਸੀਂ ਉੱਥੇ ਜਾ ਸਕਦੇ ਐ ਇੰਜੋਏ ਕਰ ਸਕਦੇ ਐ ਲਾਈਕ ਜਦੋਂ ਮੈਂ ਸ਼ੇਅਰ ਕੀਤਾ ਪਾਸੇ ਤੁਹਾਨੂੰ ਮਿਲ ਜਾਂਦੇ ਆ ਅਟਰੈਕਸ਼ਨਸ ਲੈਸ ਸਾਨੂੰ ਅਸੀਂ ਕਲਿਫਟਨ ਹੈਲ ਦੇ ਵਿੱਚ ਬੋਲਿੰਗ ਕੀਤੀ ਸੀ ਐਂਡ ਕੀ ਸੀ ਉਹ ਆਈ ਫਰਗੋਟ ਸੌ ਸੈਕਸ ਅਸੀਂ ਕੀਤੀ ਸੀ ਸਪੀਡ ਤੇ ਸੋ ਯਾ ਬੋਥ ਵਾਸ ਅਮੇਜ਼ਿੰਗ ਐਂਡ ਸਾਨੂੰ ਸੀ ਅਸੀਂ ਇਸ ਵਾਰ ਰਿਲੈਕਸ ਕਰਨ ਗਏ ਸੀ ਆਦਾ ਪਿਤਾ ਕੋ ਮੈਂ ਸ਼ਾਪਿੰਗ ਕੀਤੀ ਐਂਡ ਡਨ ਸੋ ਸੂਨ ਜਾਉਂਗੀ ਐਂਡ ਫੇਰ ਤੁਹਾਨੂੰ ਹੋਰ ਚੀਜ਼ਾਂ ਸ਼ੇਅਰ। ਮੈਂ ਹੋਪ ਕਰਦੀ ਆ ਕਿ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਗੀ ਐਂਡ ਜਿੰਨੇ ਵੀ ਤੁਸੀਂ ਕਮੈਂਟਸ ਕੀਤੇ ਸੀ ਤੁਹਾਨੂੰ ਤੁਹਾਡੇ ਕੁਐਸਚਨਸ ਦੇ ਆਨਸਰ ਮਿਲ ਗਏ ਹੋਣਗੇ ਐਂਡ ਬਸ ਇਦਾਂ ਹੀ ਕਮੈਂਟ ਕਰਦੇ ਰਹੋ ਤੁਹਾਨੂੰ ਆਨਸਰ ਜ਼ਰੂਰ ਮਿਲਦਾ ਰਹੂਗਾ ਐਂਡ ਹੁਣ ਮੈਂ ਮਿਲੂਗੀ ਤੁਹਾਨੂੰ ਅਪਕਮਿੰਗ ਵੀਡੀਓ ਦੇ ਵਿੱਚ ਚਾਟ ਦਾਂ ਤੇ ਕੇ ਗਾਇਸ ਲਵ ਯੂ ਐਂਡ ਬਾਏ ਗਾਇਸ